ਅਕਾਲ ਜੀ ਸਾਰਿਆਂ, ਸਵਾਗਤ ਆ ਸਭ ਦਾ ਘਟਣਾ ਫੈਮਿਲੀ ਬਲੌਗ 'ਤੇ। ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਏ, ਅਸੀਂ ਵੀ ਠੀਕ। ਅੱਜ ਆਪਾਂ ਪਾਵਾਂਗੇ ਹਲਦੀ ਮਿਰਚਾਂ ਜਿਹਨੇ ਭਿਹਾ ਕੇ ਲਿਆ ਸੀ ਸਾਨੂੰ। ਹੁਣ ਪਹਿਲਾਂ ਹਲਦੀ ਪੀਤੀ ਨਾ, ਪਹਿਲਾਂ ਮਿਰਚਾਂ ਪੀਂਦੇ ਸੀਗੇ। ਦੇਖੋ ਸਟ੍ਰੀਕ ਬੜੀ ਅੱਛੀ ਬਣੀ। ਹੁਣ ਅੰਦਰ ਹੀ ਰਹਿਣਾ ਪੈਣਾ ਸੀ ਬਈ। ਇਹ ਗੱਲ ਗਲਤ ਆ, ਅੰਦਰ ਚਲੋ, ਮੇਰੇ ਮਿਰਚਾਂ ਵਾਲੇ ਹੱਥ ਨੇ ਤੈਨੂੰ ਲੱਗ ਜਾਣੇ ਨੇ, ਫਿਰ ਰੋਏਗਾ। ਪਾਣੀ ਚੱਲਦਾ ਟੈਂਕਰ ਚ। ਥੰਬਨੇਲ ਵਾਲੀ ਫੋਟੋ ਖਿੱਚ ਲੈਂਦੇ ਸੋਹਣੀ ਜੀ। ਮਿਰਚਾਂ 'ਚ ਤੇਲ ਪਾ ਲਿਆ, ਹਾਂ ਚੰਗੀ ਤਰ੍ਹਾਂ ਮਾਰ ਕੇ ਪਾ ਲਾਂਗੇ ਡੱਬੇ 'ਚ, ਫਿਰ ਤਾਂ ਅਸੀਂ ਜੀ ਮੁੜਦੇ ਹਾਂ। ਬਾਪੂ ਨਾਲ ਖੇਡ ਲਾ, ਹਰਮਨ ਕਰਕੇ ਚੱਕ ਕੇ ਇਹਨੂੰ। ਮਿਰਚਾਂ ਚੜਦੀਆਂ ਨੇ ਇਹਨੂੰ। Thank you.
ਲੱਗ ਜਾਣਗੀਆਂ ਉਧਰ। ਸਰ ਮੇਰੇ ਹੱਥ ਵੀ ਮਿਰਚ ਵਾਲੇ, ਮੈਂ ਤੈਨੂੰ ਵੀ ਨਹੀਂ ਲਾ ਸਕਦੀ, ਖੁਸ਼ ਹੋ ਹੀ ਬੈਠੀ ਆ ਵੀ ਫੜ ਲਾਂ ਸਾਰਾ ਕੁਛ ਮੈਂ। ਚਲੋ ਉਹ ਬੋਲ ਲੈ ਉਧਰ ਚੱਲ ਕੇ, ਟੁੱਟੀ ਰਾ ਜਿਆ ਰੰਗ ਸੋਹਣਾ ਹੋ ਜੂਗਾ ਉਹਨਾਂ ਦੀ। ਪਹਿਲਾਂ ਹਲਦੀਆਂ ਹੁੰਦੀਆਂ ਜਾਂ ਪੀਣੀਆਂ ਹੁੰਦੀਆਂ ਨੇ, ਪੀਣੀਆਂ ਪੀਆਂ ਲੱਗਦੀਆਂ ਜੀ ਮੈਨੂੰ ਤਾਂ ਜਮੇ। ਮੈਂ ਅਰਮਾ ਨੂੰ ਮੈਂ ਕਿਹਾ ਉਹਨਾਂ ਨੇ ਹਲਦੀ ਤੇ ਪੀਤੀਆਂ, ਕਹਿੰਦਾ ਪਹਿਲਾਂ ਦੀਆਂ ਨੇ, ਮੈਂ ਪਹਿਲਾਂ ਕਿਸੇ ਦੀ ਹਲਦੀ ਪੀਤੀ ਹੋਈ ਹੋਊਗੀ। ਅੰਦਰਲੀ ਸੋਚ ਚਲਾਈ ਜਾਊਗਾ।
ਮਿਰਚਾਂ ਤਾਂ ਹੋ ਗਈਆਂ ਪੈਕ, ਹੁਣ ਛਾਣਾਂਗੇ ਹੋਰ ਕੀ।
ਬਾਪੂ ਜੀ ਸਾਨੂੰ ਉੱਧਰ ਬੰਡਾਸੇ ਲਾਉਣ ਲੱਗ ਗਏ।
ਥੋੜਾ ਜਿਹਾ ਪਾਵਾਂਗੇ ਲੂਣ। ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ, ਰਲਾ ਦਾਂਗੇ ਮਾਰ ਮਾਰ ਕੇ ਤੇਲ ਵਿੱਚ ਇਹਨੂੰ। ਹਲਦੀ ਨੂੰ ਰਲਾ ਇੱਥੇ ਹਲਦੀ ਨੂੰ ਤੇਲ ਰਲਾ ਲਿਆ, ਪਾ ਲਾਂਗੇ ਆਪਾਂ ਡੱਬੇ 'ਚ, ਚਾਹੇ ਜਿੰਨਾ ਚਿਰ ਮਰਜ਼ੀ ਪਈ ਰਹੇ, 2-3 ਸਾਲ ਫਿਰ ਖਰਾਬ ਨਹੀਂ ਹੁੰਦੀ। ਆਹ 2 ਚੀਜ਼ਾਂ ਹੋਰ ਧਰ ਦਿਨ, ਇੱਕ ਆ ਮਿਰਚਾਂ। ਕੁੜੀ ਆ ਗਈ ਜੀ ਫੇਰ ਇੱਧਰ ਬਾਪੂ ਕੋਲੋਂ, ਆ ਕੇ ਸਾਰਾ ਕੁਛ ਇਕੱਠਾ ਕਰ ਦਿੰਦੀ ਆ ਵੀ ਬਸ ਮੈਂ ਹੀ ਕਰਦਾ ਹੈ ਨਾ। ਤਸਲਾ ਮਗਰ
ਡੱਬਾ ਭਰ ਗਿਆ ਹੁਣ ਲਿਫਾਫੇ ਪਾ ਲਾਂਗੇ ਬਿੰਦੇ ਵਾਸਤੇ ਹੈਗੀ ਤੇ ਡੱਬੇ ਚ ਵੀ ਹੋਣ ਵਾਲੀ ਹੈ ਉਹ ਪਿੰਡੋਂ ਲਿਆਂਦੀ ਸੀ ਪਿੰਡ ਢੇਰੀ ਕਰ ਲਾਂਗੇ ਹੁਣ ਪਹਿਲਾਂ
ਪੈਸੇ ਪੂਸੇ ਦੇਣਗੇ ਉਹ ਪੈਸੇ ਪੂਸੇ ਅੱਜ ਦੇਣਗੇ ਉਹ ਹਾਂ ਅਜੇ ਪਈਓ ਨੀ ਦਾਣਾ ਵੀ ਮੁੱਕ ਗਿਆ ਲਓ ਜੀ ਹਲਦੀ ਮਿਰਚਾਂ ਪੈ ਗਈਆਂ ਪੈ ਗਿਆ ਸਮਾਨ ਇੱਥੇ ਕਰਦੇ ਹਾਂ ਵੀਡੀਓ ਦਾ ਐਂਡ ਸਾਡੀ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ